フェイス टू フェイスプログラム ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਹਰ ਮਨੁੱਖ ਕਮਾਈ ਕਰਦਾ ਹੈ ਪਰੰਤੂ ਕਮਾਈ ਕਰਕੇ ਉਹ ਕੇਵਲ ਆਪਣੇ ਪਰਿਵਾਰ ਲਈ ਜਾਂ ਆਪਣੇ ਨਿੱਜ ਲਈ ਜੋੜਦਾ ਹੈ ਬਹੁਤ ਘੱਟ ਅਜਿਹੇ ਇਨਸਾਨ ਹੁੰਦੇ ਹਨ ਜਿਹੜੇ ਕਮਾਈ ਕਰਨ ਤੋਂ ਬਾਅਦ ਲੋਕਾਂ ਤੇ ਪੈਸਾ ਲਾਉਂਦੇ ਆਂ ਭਾਵੇਂ ਲੋਕ ਭਲਾਈ ਕੰਮਾਂ ਤੇ ਵੀ ਆਪਣੀ ਜਿਹੜੀ ਆਮਦਨ ਆ ਉਹ ਖਰਚ ਕਰਦੇ ਆਂ ਅੱਜ ਸਾਡੇ ਨਾਲ ਫੇਸ ਟੂ ਫੇਸ ਚਰਚਾ ਦੇ ਵਿੱਚ ਮੌਜੂਦ ਨੇ ਜੋ ਕਿ ਇੱਕ ਐਨ ਆਰ ਆਈ ਨੇ ਸਰਦਾਰ ਗੁਰਮਿੰਦਰ ਸਿੰਘ ਥਿੰਦ ਜੀ ਥਿੰਦ ਸਾਹਿਬ ਤੁਹਾਡਾ ਮੈਂ ਸਵਾਗਤ ਕਰਦਾ ਹਾਂ ਥੈਂਕ ਯੂ ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਬਹੁਤ ਸਾਰੇ ਘੱਟ ਇਨਸਾਨ ਹੁੰਦੇ ਜਿਹੜੇ ਕਿ ਆਪਣੀ ਕਮਾਈ ਦਾ ਕੁਝ ਹਿੱਸਾ ਜਿਹੜਾ ਲੋਕ ਭਲਾਈ ਕੰਮਾਂ ਤੇ ਵੀ ਲਾਉਂਦੀ ਹੈ ਇਹ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਬਾਅਦ ਚ ਲੈਣਾ ਪਹਿਲਾਂ ਮੈਂ ਜਾਨਣਾ ਚਾਹੁੰਦਾ ਕਿ ਤੁਸੀਂ ਇੱਥੇ ਪੰਜਾਬ ਦੇ ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਹੋ ਮੇਰਾ ਪਿੰਡ ਜੀ ਬਿਸ਼ਨਗੜ੍ਹ ਤਹਿਸੀਲ ਮਲੇਰ ਕੋਟਲਾ ਸੰਗਰੂਰ ਡਿਸਟ੍ਰਿਕਟ ਚ ਹੈ ਜੀ ਤੇ ਮਲੇਰਕੋਟਲਾ ਰਾਏਕੋਟ ਰੋਡ ਦੇ ਥੋੜਾ ਜਿਹਾ ਹਟਕੇ ਆ ਜੀ ਛੋਟਾ ਜਿਹਾ ਪਿੰਡ ਹੈ ਜੀ ਤੇ ਮੈਨੂੰ ਸਾਨੂੰ ਦਾ ਬਹੁਤ ਵਧੀਆ ਪਿੰਡ ਹੈ ਠਿੰਦ ਸਾਹਿਬ ਤੁਸੀਂ ਇੱਕ ਪੰਜਾਬੀ ਧਰਤੀ ਤੇ ਜੰਮੀ ਤਾਂ ਵਿਦੇਸ਼ ਜਾਣ ਦਾ ਮਨ ਦੀ ਮਨਸ਼ਾ ਕਿਵੇਂ ਪੈਦਾ ਹੋਈ ਜੀ ਮੈਂ ਬਹੁਤ ਛੋਟਾ ਸੀਗਾ ਕੋਈ 11 ਸਾਲ ਦਾ ਮੇਰੇ ਪਿਤਾ ਜੀ ਆਰਮੀ ਕਰਕੇ ਉੱਥੇ ਚਲੇ ਗਏ ਸੀ ਵਰਕ ਪਰਮਿਟ ਤੇ ਜੀ ਤੇ ਨਾਲ ਹੀ ਫੇ ਮੈਂ ਚਲਾ ਗਿਆ ਸੀ ਮੇਰੀ ਸਿਸਟਰ ਵੀ ਨਾਲ ਹੀ ਚਲੀ ਗਈ ਸੀ ਸਾਲ ਦੀ 11 ਸਾਲ ਦੀ ਉਮਰ ਚ ਜੀ ਉੱਥੇ ਹੀ ਜੋ ਪੜ੍ਹਾਈ ਛੜਾਈ ਕੀਤੀ ਹੈ ਜੋ ਕੰਮ ਕੀਤਾ ਉੱਥੇ ਹੀ ਕੀਤਾ ਹੈ ਕੀ ਪੰਜਾਬ ਦੇ ਵਿੱਚ ਵੀ ਅੱਜ ਇੱਥੇ ਤੁਹਾਡਾ ਰਹਿਣ ਬਸੇਰਾ ਹੈ ਕਿ ਸਾਰਾ ਕੁਝ ਉੱਥੇ ਹੀ ਹੈ ਜੋ ਜੋ ਵਿਰਾਸਤ ਮੇ ਮਿਲਿਆ ਜਾਨਕੀ ਜ਼ਮੀਨ ਵਗੈਰਾ ਘਰ ਕੁਝ ਘਰ ਬਣਾਇਆ ਵੀ ਹੈ ਤੇ ਪਿੰਡ ਨਾਲ ਲੱਗਣਾ ਬਸ ਤੇ ਲੋਕਾਂ ਬਾਹਰ ਕਿਹੜੇ ਦੇਸ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਅਸੀਂ ਜੀ ਇੰਗਲੈਂਡ ਯੂਕੇ ਲੰਡਨ ਏਰੀਆ ਚ ਰਹੇ ਹਾਂ ਹਾਊਸਲੋਅ ਉਸ ਏਰੀਆ ਦਾ ਨਾਮ ਜੀ ਤੇ ਚਿਤਰਾ ਜਿਹੜੀ ਚੱਲ ਰਹੀ ਹੈ ਥਿੰਦ ਸਭ ਤੁਸੀਂ ਜਿਸ ਤਰ੍ਹਾਂ ਬਾਹਰ ਦਾ ਵੀ ਸਾਰਾ ਸਿਸਟਮ ਦੇਖਿਆ ਤੇ ਪੰਜਾਬ ਦਾ ਜੇ ਆਪਾਂ ਕਹਿੰਨੇ ਭਾਰਤ ਦੀ ਪ੍ਰਣਾਲੀ ਬਾਰੇ ਵੀ ਤੁਸੀਂ ਜਾਣਦੇ ਹੋ ਵਿਦੇਸ਼ ਤੇ ਸਾਡੇ ਦੇਸ਼ ਦੇ ਵਿੱਚ ਜਿਹੜਾ ਸਿਸਟਮ ਦੇ ਵਿੱਚ ਕਿੰਨਾ ਕੋਈ ਫਰਕ ਸਮਝਦੇ ਤੁਸੀਂ ਆ ਤੁਸੀਂ ਲਫ਼ ਜਿਹੜਾ ਸਿਸਟਮ ਕਹਿੰਦਾ ਬਸ ਸਿਸਟਮ ਹੈ ਜੀ ਸਰ ਹਰ ਗੱਲ ਦਾ ਜੋ ਜਵਾਬ ਹੈ ਨਾ ਸਿਸਟਮ ਹੈ ਜੀ ਜਦ ਆਪਣੀ ਬਾਡੀ ਲੈ ਲੋ এনवायरमेंट ਲੈ ਲੋ ਸਮਾਜ ਲੈ ਲੋ ਗਵਰਨੈਂਸ ਲੈ ਲੋ ਕੋਈ ਵੀ ਗੱਲ ਜਿਹੜੀ ਆਪਣੀ ਜੀਵਨ ਨਾਲ ਜੁੜੀ ਹੋਈ ਹੈ ਉਹ ਸਿਸਟਮ ਹੈ ਜੇ ਸਿਸਟਮ ਤੋਂ ਅਸੀਂ ਉਖੜ ਜਾਵਾਂਗੇ ਤੇ ਫਿਰ ਅੱਲੇ ਪਰ ਲਈ ਹੈ ਕੋਈ ਕਿਸੇ ਨੂੰ ਆਨੰਦ ਨਹੀਂ ਹੈ ਜੀ ਜਿਸ ਤਰ੍ਹਾਂ ਤੁਸੀਂ ਸਭ ਤੁਸੀਂ ਗੱਲ ਕੀਤੀ ਕਿ ਲੰਡਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਉੱਥੇ ਕਿਸ ਕਿਸ ਤਰ੍ਹਾਂ ਦਾ ਕਾਰੋਬਾਰ ਕਰਦੇ ਹੋ ਤੁਸੀਂ ਉੱਥੇ ਮੈਂ 에ਅਰਕ੍ਰਾਫਟ ਇੰਜੀਨੀਅਰ ਸੀ ਬੀਏ ਚ ਉੱਥੋਂ ਮੈਂ ਰਿਟਾਇਰ ਹੋ ਗਿਆ ਹੁਣ ਜੀ ਕੁਝ ਪ੍ਰਾਪਰਟੀ ਦਾ ਛੋਟਾ ਮੋਟਾ ਕੰਮ ਕਰ ਲਈਦਾ ਬਸ ਜੀ ਤੇ ਕੋਈ ਬਹੁਤਾ ਵੱਡਾ ਨਹੀਂ ਹੈਗਾ ਜੀ ਥੈਂਸ ਆਫ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਅੱਜ ਖਾਸ ਕਰਕੇ ਪੰਜਾਬੀਆਂ ਦੇ ਲਾਲੀਏ ਪੰਜਾਬੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਤੋੜ ਲੱਗੀ ਹੋਈ ਹੈ ਕਿ ਇੱਥੇ ਆਪਣੇ ਮਾਤਭੂਮੀ ਤੇ ਕਹਿ ਲਓ ਉੱਥੇ ਕੰਮ ਕਰਕੇ ਰਾਜ਼ੀ ਨਹੀਂ ਪਰੰਤੂ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜਾ ਉਹ ਜਿੰਨਾ ਮਰਜੀ ਉਹਨਾਂ ਤੋਂ ਸਖਤ ਤੋਂ ਸਖਤ ਕੰਮ ਕਰਾ ਲਓ ਉੱਥੇ ਜਾ ਕੇ ਉਹ ਦਿਹਾੜੀਆਂ ਕਰਨ ਲਈ ਵੀ ਤਿਆਰ ਨੇ ਪਰੰਤੂ ਇੱਥੇ ਹੱਥੀ ਕੰਮ ਕਰਨੋਂ ਛੱਡ ਗਏ ਉਹ ਵੈਸੇ ਜੋ ਕਰੰਟ ਸਿਚੁਏਸ਼ਨ ਹੈ ਇਸ ਵਕਤ ਦੀ ਉਹ ਤਾਂ ਬਹੁਤ ਭਿਆਨਕ ਹੈ ਕਿਉਂਕਿ ਜੋ ਪੰਜਾਬੀ ਭਾਈ ਸਾਡੇ ਵਿਚਾਰੇ 2 ਨੰਬਰ ਜਾਂ ਇਲੀਗਲ ਤਰੀਕੇ ਨਾਲ ਚਲੇ ਜਾਂਦੇ ਨੇ ਜੋ ਲੀਗਲ ਜਾਂਦੇ ਨੇ ਉਹਨਾਂ ਨੂੰ ਤਾਂ ਕੋਈ ਮਤਲਬ ਨੌਕਰੀ ਜਾਂ ਬਿਜ਼ਨਸ ਵਗੈਰਾ ਕਰਨ ਦਾ ਪ੍ਰਬੰਧ ਮਿਲ ਜਾਂਦਾ ਪਰ ਜਿਹੜੇ ਵੈਸੇ ਜਾਂਦੇ ਨੇ ਉਹਨਾਂ ਦੀ ਮਤਲਬ ਜ਼ਿੰਦਗੀ ਬਹੁਤ ਔਖੀ ਹੈ ਜੀ ਔਰ ਬਹੁਤ ਕੁਝ ਗਵਾਣਾ ਪੈਂਦਾ ਉਹਨਾਂ ਨੂੰ ਔਰ ਸਾਰਾ ਸਾਰਾ ਜੀਵਨ ਇੱਕ ਬਨਵਾਸ ਹੀ ਕੱਟਣਾ ਪੈਂਦਾ ਮੈਂ ਤਾਂ ਕਹਾਂ ਜੀ ਤੇ ਮੇਰਾ ਤਾਂ ਖਿਆਲ ਹੈ ਕਿ ਇਸ ਤਰ੍ਹਾਂ ਜਾਣਾ ਨਹੀਂ ਚਾਹੀਦਾ ਤੁਹਾਡੀ ਕਹਿੰਦੇ ਪਾਪਗੇ ਇਲੀਗਲ ਤਰੀਕੇ ਦੇ ਨਾਲ ਉਪਦੇਸ਼ ਦੇ ਵਿੱਚ ਬਿਲਕੁਲ ਨਹੀਂ ਜਾਣਾ ਚਾਹੀਦਾ ਜਨ ਸਾਹਿਬ ਇਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਹੈ ਕਿ ਅਸੀਂ ਅਖਬਾਰਾਂ ਦੇ ਵਿੱਚ ਵੜਦੇ ਹਾਂ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਜਿਹੜਾ ਪੜ੍ਹਾਈ ਨੂੰ ਬੇਸ ਬਣਾ ਕੇ ਜਾਂ ਟਰੈਵਲ ਏਜੰਟ ਦੇ ਕਿਸੇ ਨਾ ਕਿਸੇ ਗੱਲਾਂ ਦੇ ਵਿੱਚ ਆ ਕੇ ਉਧਰ ਚਲੇ ਜਾਂਦੇ ਆ ਉਸ ਤਰ੍ਹਾਂ ਦੇ ਨੌਜਵਾਨ ਸੁਣਿਆ ਕਿ ਫੁੱਟਪਾਥਾਂ ਤੇ ਜਾਂ ਗੁਰਦੁਆਰਿਆਂ ਦੇ ਜਾਂ ਧਾਰਮਿਕ ਸਥਾਨਾਂ ਦੇ ਸਹਾਰੇ ਉੱਥੇ ਜੀਵਨ ਬਤੀਤ ਕਰਦੇ ਇਹ ਬਿਲਕੁਲ ਤੁਸੀਂ ਸਹੀ ਸੁਣਦੇ ਹੋ ਸਹੀ ਰਿਪੋਰਟਿੰਗ ਹੈ ਅਸੀਂ ਵੀ ਦੇਖਦੇ ਆਂ ਸਾਨੂੰ ਵੀ ਦੁੱਖ ਹੁੰਦਾ ਜੀ ਪਰ ਅਸੀਂ ਕੀ ਕਰੀਏ ਹੁਣ ਜਿੰਨਾ ਕੁ ਅਸੀਂ ਕਰ ਸਕਦੇ ਆ ਉਥੇ ਕਰਦੇ ਆਂ ਗਵਰਨਮੈਂਟ ਵੀ ਕਰਦੀ ਐ ਪਰ ਉਹ ਉਸ ਮੁਲਕ ਦੇ ਆਪਣੇ ਪ੍ਰੋਬਲਮ ਨੇ ਉਥੇ ਵੀ ਬੇਰੋਜ਼ਗਾਰੀ ਤੇ ਰੈਸੈਸ਼ਨ ਐ ਜੀ ਤੇ ਜਦੋਂ ਫਿਰ ਇਸ ਤਰ੍ਹਾਂ ਦੇ ਸਿਲਸਿਲੇ ਆ ਜਾਂਦੇ ਨੇ ਉੱਭਰ ਜਾਂਦੇ ਨੇ ਪ੍ਰੈਸ ਦੇ ਵਿੱਚ ਜੀ ਉਦੋਂ ਫਿਰ ਤੁਹਾਨੂੰ ਪਤਾ ਵੀ ਹੋਰ ਵੀ ਮਸਲੇ ਵਿਗੜ ਜਾਂਦੇ ਨੇ ਪੋਲਿਟੀਕਲ ਮਸਲੇ ਵੀ ਵਿਗੜ ਜਾਂਦੇ ਨੇ ਤੇ ਮੇਰਾ ਤਾਂ ਖਿਆਲ ਹੈ ਵੀ ਇੰਡੀਅਨ ਗਵਰਨਮੈਂਟ ਨੂੰ ਵੀ ਇਹ ਚਾਹੀਦਾ ਪੰਜਾਬੀ ਗਵਰਨਮੈਂਟ ਨੂੰ ਕਿ ਵੀ ਇਹ ਇਹ ਡਿਸਕਰੇਜ ਕਰੇ ਔਰ ਜਿਹੜੇ ਲੋਕ ਐਕਸਪਲੋਇਟ ਕਰਦੇ ਨੇ ਕਿਉਂਕਿ ਇਹ ਹੈਗਾ ਲੈਕ ਆਫ ਅਵੇਅਰਨੈਸ ਜੀ ਨਾਵਾਕਫੀਅਤ ਜੀ ਪੰਜਾਬੀ ਮੁੰਡੇ ਕੁੜੀਆਂ ਜੋ ਪਿੰਡਾਂ ਦੇ ਨੇ ਨਾ ਖਾਸ ਕਰਕੇ ਸ਼ਹਿਰਾਂ ਦੇ ਸੋਲਡਰ ਘਟ ਦੌੜ ਭੱਜ ਕਰਦੇ ਨੇ ਇਸ ਪਾਸੇ ਨੂੰ ਜੀ ਪਿੰਡਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪਤਾ ਨਹੀਂ ਆ ਵਿਚਾਰੇ ਨੂੰ ਠੀਕ ਉਪਲੇਖੇ ਪਲੇਖੇ ਚ ਨਾ ਬਸ ਆਪਣਾ ਸਭ ਕੁਝ ਗਵਾ ਬੈਂਦੇ ਨੇ ਠੀਕ ਫਿਰ ਨਾ ਉਧਰ ਦੇ ਨਾ ਇਧਰ ਦੇ ਠੀਕ ਤੇ ਮੇਰਾ ਤਾਂ ਖਿਆਲ ਹਿੰਦੁਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੰਨੀ ਆਪਰਚੁਨਿਟੀ ਐਸ ਵਕਤ ਦਾ ਜੀ ਤੇ ਉਸ ਨੂੰ ਬੰਦਾ ਅਗਰ ਅਪਣਾਵੇ ਤੇ ਬਹੁਤ ਜਗ ਆਪਾਂ ਸਕਦਾ ਜੀ ਫਿਰ ਸਭ ਜਿਵੇਂ ਅਸੀਂ ਸੁਣਿਆ ਕਿ ਤੁਸੀਂ ਜਿਹੜਾ ਤੁਹਾਡਾ ਆਪਣਾ ਪਿੰਡ ਹੈ ਬਿਸ਼ਨਗੜ ਬਿਸ਼ਨਗੜ ਦੀ ਤਰੱਕੀ ਦੇ ਲਈ ਤੁਸੀਂ ਬਹੁਤ ਵਧੀਆ ਉਪਰਾਲੇ ਕੀਤੇ ਐ ਦੱਸਣਾ ਚਾਹੁੰਗੇ ਕਿ ਤੁਹਾਡੇ ਮਨ ਦੇ ਵਿੱਚ ਇਹ ਚੇਤੇ ਕਿਸ ਤਰ੍ਹਾਂ ਪੈਦਾ ਹੋਈ ਕਿ ਮੈਂ ਕੁਝ ਪੈਸਾ ਜਿਹੜਾ ਆਪਦੀ ਕਮਾਈ ਦਾ ਆਪਣੇ ਬਿਸ਼ਨਗੜ ਤੇ ਲਾਵਾਂ ਇਹ ਬਸ ਮਾਤਾ ਪਿਤਾ ਦੀ ਸਿੱਖਿਆ ਹੀ ਹੈ ਤੇ ਜਾਂ ਗੁਰਬਾਣੀ ਜੀ ਜੋ ਸਿੱਖਦੇ ਆਪਾਂ ਜਾਂ ਸੁਣਦੇ ਆਂ ਸੇਵਾ ਚ ਸਭ ਕੁਝ ਹੈ ਨਿਮਰਤਾ ਜੀ ਸਭ ਕੁਝ ਹੈ ਤੇ ਜੋ ਸਿੱਖਿਆ ਸਾਨੂੰ ਉਥੇ ਇੱਥੇ ਵੀ ਤੇ ਉਥੇ ਗੁਰਦੁਆਰੇ ਜਾਣ ਚ ਜਾਂ ਮਾਪੇ ਨੇ ਦਿੱਤੀ ਮੇਰੇ ਪਿਤਾ ਜੀ ਮਿਲਟਰੀ ਸੀਗੇ ਇੰਡੀਆ ਦੇ ਵਿੱਚ ਜੀ ਉਹਨਾਂ ਨੇ 22 23 ਸਾਲ ਇੱਥੇ ਨੌਕਰੀ ਕੀਤੀ ਸੇਵਾ ਕੀਤੀ ਜੀ ਤੇ ਉਹਨਾਂ ਦਾ ਇਹ ਕਹਿਣਾ ਸੀ ਵੀ ਜੋ ਹੋ ਸਕੇ ਤੇ ਆਪਣੇ ਪਿੰਡ ਦੀ ਤੇ ਇਲਾਕੇ ਦੀ ਮੁਲਕ ਦੀ ਕੋਸ਼ਿਸ਼ ਨਖਸ ਕੰਟਰੀਬਿਊਟ ਜਰੂਰ ਕਰਨਾ ਜੀ ਵੈਸੇ ਤਾਂ ਸਾਡਾ ਮਲਕ ਉਹ ਵੀ ਹੋ ਗਿਆ ਹੁਣ ਕਿਉਂਕਿ ਅਸੀਂ ਉੱਥੇ ਵੀ ਇਹੀ ਕੁਛ ਕਰਦੇ ਆ ਜੀ ਜੀ ਥਿੰਸ ਸਭ ਕਿਸ ਤਰ੍ਹਾਂ ਦੀ ਤੁਸੀਂ ਡਿਵੈਲਪਮੈਂਟ ਦੇ ਕੰਮ ਕਰਾਏ ਆਪਣੇ ਪਿੰਡ ਵਿਕਸ਼ਨ ਘੜ ਚ ਸਕੂਲ ਹੋਇਆ ਸਕੂਲ ਦੀ ਬਿਲਡਿੰਗ ਸਕੂਲ ਦੇ ਗਰਾਊਂਡ ਬਧੀਆ এনवायरमेंट ਬੱਚਿਆਂ ਦੇਣੀ ਫਰਨੀਚਰ ਦੇਣਾ ਹੋਰ ਕੋਈ ਕਿਸਮ ਦੀਆਂ ਸਹੂਲਤਾਂ ਦੇਣੀਆਂ ਪੀਣ ਵਾਲਾ ਪਾਣੀ ਬੜੀ ਮਸਲਾ ਸਕੂਲਾਂ ਆਇਆ ਕਈ ਪ੍ਰਾਇਮਰੀ ਸਕੂਲਾਂ ਸਾਡੇ ਪਿੰਡ ਪ੍ਰਾਇਮਰੀ ਸਕੂਲ ਹੀ ਹੈ ਜੀ ਤੇ ਲੋਕਲ ਜਿਹੜਾ ਹਾਈ ਸਕੂਲ ਉੱਥੇ ਵੀ ਇਲੈਕਟ੍ਰਿਸਿਟੀ ਦਾ ਪ੍ਰਬੰਧ ਕਰਨਾ ਬੈਕਅਪ ਪਾਵਰ ਜਨਰੇਟਰ ਲਗਾਉਣਾ ਪਿੰਡ ਦੇ ਪਾਣੀ ਜੋ ਸਭ ਤੋਂ ਵੱਡਾ ਮਸਲਾ ਹੈ ਇਸ ਵਕਤ ਪਿੰਡਾਂ ਚ ਹੈਗਾ ਟੋਬਿਆਂ ਦਾ ਪਾਣੀ ਜੀ ਕਿਉਂਕਿ ਜੋ ਜੀਵਨ ਦਾ ਆਧਾਰ ਹੈ ਉਹ ਪਾਣੀ ਹਵਾ ਪਾਣੀ ਤੇ ਧਰਤੀ ਹੈ ਜੀ ਤਾਂ ਜੇ ਇਹਨਾਂ ਦਾ ਇਕਲੀਬਰੀਅਮ ਨਾ ਰਵੇ ਤੇ ਮਤਲਬ ਜੀਵਨ ਚੰਗਾ ਨਹੀਂ ਚੱਲ ਸਕਦਾ ਨਹੀਂ ਚੱਲ ਸਕਦਾ ਤੇ ਬਿਮਾਰੀਆਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਹੁਣ ਉਹਨਾਂ ਦਾ ਮੇਨ ਕਾਰਨ ਹੈ ਪਾਣੀ ਦੀ ਪੋਲੂਸ਼ਨ ਜੀ ਤੇ ਹਵਾ ਦੀ ਪੋਲੂਸ਼ਨ ਤਰਤੀ ਤੇ ਗੋਦ ਹੈ ਜੋ ਪਾਈ ਜਾਓਗੇ ਉਥੇ ਉਹ ਉਹ ਤੇ ਰਿਐਕਸ਼ਨ ਤਾਂ ਹੋਣੀ ਹੋਣਾ ਹੈ ਜੀ ਤਾਂ ਜੋ ਪਾਣੀ ਆਪਾਂ ਪਹਿਲਾਂ ਟੋਬਿਆਂ ਦੇ ਵਿੱਚ ਨਹੀਂ ਸੀ ਜਾਂਦਾ ਛੋਟੇ ਛੋਟੇ ਪਿੰਡ ਸੀਗੇ ਤੇ ਟੋਬੇ ਵਧਿਆ ਰਹਿੰਦੇ ਸੀ ਅਸੀਂ ਨਹਾਉਂਦੇ ਰਹੇ ਹਾਂ ਟੋਬਿਆਂ ਛੋਟੇ ਹੁੰਦੇ ਜੀ ਤੇ ਹੁਣ ਤੁਸੀਂ ਟੋਬੇ ਚ ਵੱੜ ਨਹੀਂ ਸਕਦੇ ਖੜ ਨਹੀਂ ਸਕਦੇ ਕੋਲੇ ਬਿਲਕੁਲ ਸਹੀ ਹੈ ਤੇ ਉਹਦੇ ਨਾਲ ਜੋ ਨੁਕਸਾਨ ਸਾਡੇ ਪੰਜਾਬ ਦਾ ਜੋ ਮੁਲਕ ਦਾ ਹੋ ਰਿਹਾ ਹੈ ਇਹ ਲਾਸ ਆਫ ਹਿਊਮਨ ਰਿਸੋਰਸ ਜੀ ਉਹ ਬਹੁਤ ਵੱਡਾ ਕਿਸੇ ਕੋਈ ਗਿੰਦਾ ਹੀ ਨਹੀਂਗਾ ਜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਹਿੰਦੀ ਹੈ ਵੀ ਪਾਣੀ ਗੰਦੇ ਪਾਣੀ ਕਰਕੇ ਇਨਸਾਨੀਅਤ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਠੀਕ ਜਿਹਦਾ ਹੱਲ ਗਵਰਨਮੈਂਟ ਨੂੰ ਲੱਭਣਾ ਚਾਹੀਦਾ ਜੀ ਅਸੀਂ ਕੋਸ਼ਿਸ਼ ਕੀਤੀ ਹੈ ਪਿੰਡ ਚ ਵੀ ਅੱਛਾ এনवायरमेंट ਬਣਾਈਏ ਸਕੂਲ ਦੀ এনवायरमेंट ਅੱਛੀ ਹੋ ਪਿੰਡ ਦੀ এনवायरमेंट ਅੱਛੀ ਹੋ ਦਰਖਤ ਹੋਣ ਪਾਰਕਾਂ ਹੋਣ ਪੰਚਾਇਤੀ ਜਗ੍ਹਾ ਸਾਰੀ ਚ ਪਾਰਕਾਂ ਬਣਾਈਆਂ ਹੋਈਆਂ ਨੇ ਜੀ ਤੇ ਕੋਈ ਰੂੜੀ ਨਹੀਂ ਹੈ ਪਿੰਡ ਚ ਪਿੰਡ ਦੇ ਬੰਦੇ ਸਭ ਆਪਣਾ ਖਾਦ ਖੂਦ ਜੋ ਵੀ ਘਰੇ ਹੁੰਦਾ ਜਾਨਵਰਾਂ ਦਾ ਵੇਸਟ ਉਹ ਖੇਤ ਲੈ ਕੇ ਜਾਂਦੇ ਨੇ ਸਵੇਰੇ ਜੀ ਤੇ ਪੱਠੇ ਲੈਣ ਜਾਂਦਾ ਹੀ ਹੈ ਰੂਟੀਨ ਬਣਿਆ ਹੋਇਆ ਖਾਲੀ ਜਾਂਦੇ ਨੇ ਤੇ ਹੁਣ ਉਹ ਆਪਣਾ ਗੋਬਰ ਵੀ ਲੈ ਜਾਂਦੇ ਨੇ ਤੇ ਉਹਦੇ ਨਾਲ ਪਿੰਡ ਸਾਫ਼ ਹੋ ਗਿਆ ਮਿਸ਼ਨ ਕੜ ਪਿੰਡ ਦੇ ਵਿੱਚ ਕੋਈ ਮਿਲ ਕੇ ਰੂੜੀ ਦਾ ਢੇਰ ਦੇਖਣ ਨੂੰ ਨਹੀਂ ਮਿਲਦਾ ਕੋਈ ਟਮਾਟਾ ਲਾ ਕੇ ਤੇ ਦੀਵਾਰ ਦੇ ਬੱਲੇ ਕਿਤੇ ਹੋਵੇ ਕਹਿ ਨਹੀਂ ਸਕਦਾ ਸਾਹਮਣੇ ਹੈ ਨਹੀਂ ਤੇ ਇਹ ਸਾਲ ਦੇ ਵਿੱਚ ਕਿੰਨਾ ਕੁ ਟਾਈਮ ਤੁਸੀਂ ਆਪਣੇ ਪਿੰਡ ਤੇ ਲਈ ਕੱਢਦੇ ਹੋ ਇੱਥੇ ਮੈਂ ਕਰੀਬ ਕਰੀਬ 4-5 ਮਹੀਨੇ ਕੱਢਦਾ ਆ ਜਾਨੀ ਕਿ ਮਹੀਨਾ ਕਿੱਥੇ ਲਾ ਜਾਨਾ ਫਿਰ ਚਲ ਜਾਨਾ ਫਿਰ ਮਹੀਨਾ 2 ਮਹੀਨੇ ਲਾ ਕੇ ਫਿਰ ਆ ਜਾਨਾ ਜੀ ਤੇ ਕਰੀਬ ਕਰੀਬ ਪਿਛਲੇ 15-20 ਸਾਲ ਦਾ ਐਸੇ ਤਰ੍ਹਾਂ ਹੀ ਰੂਟੀਨ ਚੱਲ ਰਿਹਾ ਥਿੰਸ ਆਪ ਐਸ ਕਾਰਜ ਦੇ ਲਈ ਜਿਹੜਾ ਤੁਸੀਂ ਆਪਣੇ ਪਿੰਡ ਦੇ ਲਈ ਕਰ ਰਹੇ ਹੋ ਕੀ ਪਿੰਡ ਦੇ ਲੋਕ ਵੀ ਬਹੁਤਾਂ ਦੇ ਵਿੱਚ ਤੁਹਾਨੂੰ ਸਹਿਯੋਗ ਦਿੰਦੇ ਆ ਪਿੰਡ ਦੇ ਸਾਡੇ ਲੋਕ ਬੜੇ ਅੱਛੇ ਨੇ ਤੇ ਉਹਨਾਂ ਦਾ ਇਹ ਸਹਿਯੋਗ ਇੱਕ ਇੰਨਾ ਵੀ ਬੜਾ ਹੈ ਕਿ ਉਹ ਕੰਮ 'ਚ ਰੁਕਾਵਟ ਨਹੀਂ ਲਾਉਂਦੇ। ਠੀਕ। ਨਹੀਂ ਤਾਂ ਮੈਂ ਦੇਖਦਾ ਬਹੁਤ ਪਿੰਡਾਂ 'ਚ ਉਹੀ ਮੈਂ ਪੁੱਛਣ ਤੋਂ ਬਾਅਦ ਸੀ ਕਿ ਜਦੋਂ ਵੀ ਕੋਈ ਤੁਸੀਂ ਚੰਗਾ ਕੰਮ ਕਰੋਗੇ ਖਾਸ ਕਰਕੇ ਆਪਾਂ ਜੇ ਪਿੰਡਾਂ ਦੀ ਪੋਲਿਟਿਕਸ ਲਾ ਲਈਏ ਤਾਂ ਲੱਤਾਂ ਕਿਚਨ ਚ ਸਭ ਤੋਂ ਪਹਿਲਾਂ ਇਸ ਸਾਲ ਨੂੰ ਮੈਂ ਲੱਕੀ ਸਮਝ ਲਓ ਖੁਦ ਕ੍ਰਿਸ਼ਨ ਹੁੰਦਾ ਤੇ ਖੁਸ਼ਕ੍ਰਿਸ਼ਨ ਹੁੰਦਾ ਕਿ ਵੀ ਅਜੇ ਤੱਕ ਕਿਸੇ ਨੇ ਰੁਕਾਵਟ ਨਹੀਂ ਲਾਈ ਤੇ ਬੜਾ ਆਦਰ ਮਾਣ ਦਿੰਦੇ ਨੇ ਤੇ ਇਹੋ ਜਿਹੀ ਗੱਲ ਨਹੀਂ ਹੈ। ਜੀ। ਤਿੰਨ ਸਭ ਜਿਸ ਤਰ੍ਹਾਂ ਤੁਸੀਂ ਅਸੀਂ ਇੱਥੇ ਦੇਖਦੇ ਹਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਜਾਂਦੀਆਂ ਕਿ ਇਸ ਤਰ੍ਹਾਂ ਦਾ ਵਾਤਾਵਰਣ ਉੱਥੇ ਵੀ ਕਿਤੇ ਰੂਰਲ ਸੈਕਟਰ ਦੇ ਵਿੱਚ ਦੇਖਣ ਨੂੰ ਮਿਲਦਾ ਬਾਹਰ ਵੀ ਨਹੀਂ ਜੀ ਉੱਥੇ ਪਤਾ ਕੀ এনवायरमेंट ਜਿਹੜੀ ਲੌਬੀ ਹੈ ਜਾਂ এনवायरमेंट ਡਿਪਾਰਟਮੈਂਟ ਹੈ ਨਾ ਮਿਨਿਸਟਰੀ ਆਫ এনवायरमेंट ਬਹੁਤ ਸਟਰੋਂਗ ਹੈ ਜੀ ਏਜੰਸੀ ਹੈ ਜਿੰਨ ਜਿਹਨੂੰ ਉਹ ਐਗਜ਼ੀਕਿਊਟ ਕਰਦੀ ਹੈ ਪਾਲਿਸੀਜ਼ ਜੀ ਉਹ ਬੜੀ ਤਕੜੀ ਹੈ ਮਤਲਬ ਹੈਵੀ ਫਾਈਨਸ ਕਰਦੀ ਹੈ ਜਿਵੇਂ ਕਚਰਾ ਸੱਡ ਦੋਨ ਅਨ ਅਪਰੂਵਡ ਤੇ ਬੜਾ ਮਤਲਬ ਸੀਰੀਅਸ ਅਫੈਂਸ ਹੈ ਜੀ ਕਈ ਲੱਖਾਂ ਫਾਈਨ ਹੋ ਜਾਂਦਾ ਜੀ ਤੇ ਲੋਕਲ ਕੇ ਇੱਧਰ ਭਾਰਤ ਵਾਂਗੂ ਨਹੀਂ ਪੰਜਾਬ ਵਾਂਗੂ ਨਹੀਂ ਜਿੱਥੇ ਦਿੱਲ ਕੀਤਾ ਰੂੜੀ ਸੈਟਲੀ ਜਿੱਥੇ ਜੀ ਕੀਤਾ ਟੋਪਾ ਬਣਾ ਲਿਆ ਇਸ ਤਰ੍ਹਾਂ ਦਾ ਸਿਸਟਮ ਉੱਥੇ ਨਹੀਂ ਹੈ ਜੀ ਉਹ ਤਾਂ ਸਭ ਕੁਝ ਰੈਗੂਲੇਟਡ অর ਮੋਨਿਟਰਡ ਹੈ ਜੀ ਤੇ ਤੁਸੀਂ ਕਚਰਾ ਵੀ ਆਪਣਾ ਜਿਹੜਾ ਹੁਣ ਆਪਾਂ ਘਰਾਂ 'ਚ ਸਿੱਟਦੇ ਆ ਉਹ ਅਲੱਗ-ਅਲੱਗ ਬੈਗਾਂ 'ਚ ਪਾ ਕੇ ਰੱਖਣਾ ਪੈਂਦਾ ਪਲਾਸਟਿਕ ਅਡ ਪੇਪਰ ਅਡ ਜਿਹੜਾ ਮਤਲਬ ਫੂਡ ਵੇਸਟ ਅੱਡ ਕਾ ਛੱਡ ਤਾਂ ਕਿ ਉਹਨਾਂ ਨੂੰ ਵੀ ਦਿੱਕਤ ਨਾ ਆਵੇ ਰੀਸਾਈਕਲਿੰਗ ਕਰਨ ਚ ਠੀਕ ਹੈ ਥਿੰ ਸਭ ਜਿਸ ਤਰ੍ਹਾਂ ਦੇਖਿਆ ਕਿ ਬਹੁਤ ਸਾਰੇ ਐਨਆਰਆਈਜ਼ ਹੈ ਜਿਹੜੇ ਉਹ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਲਈ ਵੀ ਯੋਗਦਾਨ ਪਾਉਂਦੇ ਪਏ ਆ ਕਿਉਂਕਿ ਪਿੱਛੇ ਜੇ ਦੇਖੀਏ ਕਿ ਬਹੁਤ ਸਾਰੇ ਜਿਹੜੇ ਕਬੱਡੀ ਕੱਪ ਵਾਲੇ ਪਾਸੇ ਤੋੜ ਲੱਗੀ ਸੀ ਤਾਂ ਕਈ ਵਾਰੀ ਅਜੇਹਾ ਦੇਖਣ ਨੂੰ ਆਉਂਦਾ ਹੈ ਕਿ ਕੁਝ ਐਨਆਰਆਈਜ਼ ਜਸਟ ਇਹ ਕੇਰ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਪ੍ਰਮੋਟ ਕਰਦੇ ਜਾਦਾ ਨਜ਼ਰ ਨਹੀਂ ਆਉਂਦੇ ਲੱਗਦੇ ਤੁਹਾਨੂੰ ਇਹ ਵੀ ਇੱਕ ਆਪਣੇ ਕਲਚਰ ਦੀ ਡਿਫੀਸ਼ੀਅਨਸੀ ਹੈ ਜੀ ਕਿਉਂਕਿ ਜੋ ਆਪਣੇ ਕਲਚਰਲ ਡਿਵੈਲਪਮੈਂਟ ਆ ਉਹਦੇ ਚ ਥੋੜੀ ਜੀ ਘਾਟ ਸਮਝਦਾ ਮੈਂ ਕਿ ਸਾਡੇ ਜਿਹੜੇ ਕਲਚਰਲ ਜਾਂ ਜਾਂ ਰਿਲੀਜੀਅਸ ਐਜੂਕੇਸ਼ਨ ਦੇਣ ਵਾਲੇ ਨੇ ਉਹ ਸਾਨੂੰ ਸਮਝਾ ਨਹੀਂ ਸਕੇ ਜਾਂ ਅਸੀਂ ਸਮਝ ਨਹੀਂ ਸਕੇ ਵੀ ਜੀਵਨ ਦਾ ਅਸਲੀ ਮੀਨ ਕੀ ਹੈ ਜੀ سپورٹس ਨੂੰ ਪ੍ਰਮੋਟ ਕਰਨਾ ਬਹੁਤ ਅੱਛੀ ਗੱਲ ਹੈ ਪਰ ਉਹਦੇ ਬੈਕ ਦੇ ਉੱਤੇ ਸੈਲਫ ਪ੍ਰਮੋਸ਼ਨ ਕਰਨੀ ਕਿਸੇ ਵੀ ਚੰਗੇ ਕੰਮ ਦੇ ਉੱਤੇ ਸੈਲਫ ਪ੍ਰਮੋਸ਼ਨ ਕਰਨੀ ਮੇਰਾ ਖਿਆਲ ਇਤਨ ਚੰਗੀਗਾ ਚਲੋ ਕਈ ਵਾਰੀ ਤੁਹਾਨੂੰ ਕੰਮ ਬਾਰੇ ਦੱਸਣਾ ਪੈਂਦਾ ਕਿ ਦੂਸਰੇ ਲੋਕ ਵੀ ਉਹਦੀ ਨਕਲ ਕਰ ਲੈਣ ਜਾਂ ਹੋਰ ਕੰਮ ਵੱਧ ਜਾਵੇ ਜੀ ਪਰ ਮੈਂ ਦੇਖਦਾ ਵੀ سپورٹس ਪ੍ਰਮੋਟਰ ਜਿਹੜੇ ਐਨਆਰਆਈਸ ਨੇ ਉਹਨਾਂ ਦਾ ਇੱਕ ਤਾਂ ਵੀ ਪੁਲਿਸ ਨਾਲ ਵੱਡਾ ਲਿੰਕ ਕਰਨ ਦਾ ਹੁੰਦਾ ਜਾਂ ਕੋਈ ਫਿਰ ਐਮਐਲਏ ਜਾਂ ਮੰਤਰੀ ਉਹਨਾਂ ਦੇ ਨਾਲ ਉਹਨਾਂ ਦਾ ਗੱਠ ਜੋੜ ਹੋ ਜਾਵੇ ਯਾਨੀ ਥੋੜਾ ਡਰਾਮਾ ਜਿਹਾ ਲੱਗਦਾ ਮੈਨੂੰ ਜੀ ਸਿੰਘ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਬਾਹਰ ਵਾਲੇ ਐਨ ਆਰ ਆਈਸ ਦੀ ਕੀ ਹੋਰ ਵੀ ਆਂਟ-ਗਵਾਂਟ ਦੇ ਤੋਂ ਡਿਪਿੰਡ ਹੈ ਜਿੱਥੇ ਐਨ ਆਰ ਆਈਸ ਆ ਕੇ ਪਿੰਡ ਦੀ ਡਿਵੈਲਪਮੈਂਟ ਲਈ ਆਪਣਾ ਯਤਨ ਕਰਦੀ ਹੈ ਕਰਦੇ ਨੇ ਬਰਮਪੁਰ ਪਿੰਡ ਆ ਮੇਰੇ ਦੋਸਤ ਨੇ ਉਹ ਅਨੰਤਪਾਲ ਸਿੰਘ ਉਹਨਾਂ ਨੇ ਆਪਣੇ ਪਿੰਡ ਵੀ ਕਰੀਬ ਕਰੀਬ ਕਰੋੜ ਤੋਂ ਵੱਧ ਰੁਪਈਆ ਲਾਇਆ ਸਾਰਾ ਪਿੰਡ ਪੱਕੀਆਂ ਗਲੀਆਂ ਨੇ ਇਸ ਅੰਡਰਗਰਾਉਂਡ ਸੂਵੇਜ ਆ। ਕਾਫੀ ਅੱਛਾ ਕੰਮ ਕੀਤਾ। ਤੁਸੀਂ ਕਿੰਨਾ ਕੁ ਪੈਸਾ ਆਪਣੇ ਪਿੰਡ ਤੇ ਲਗਾਇਆ? ਹੁਣ ਤੱਕ ਬਹੁਤ ਯਾਨੀ ਕਾਫੀ ਪੈਸਾ ਲੱਗਿਆ ਤੇ ਕਹਿਣਾ ਵੀ ਮੁਸ਼ਕਲ ਲੱਗਦਾ ਕਿ ਵੀ ਕਿੰਨਾ ਲੱਗਿਆ। ਜੀ ਤੇ ਕਰੋੜ ਤੋਂ ਵੱਧ ਹੀ ਲੱਗਿਆ। ਜੀ। ਸਹਿਨ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਕ ਆਪਣੇ ਪਿੰਡ ਦੇ ਲਈ ਵਿਕਾਸ ਕਾਰਜ ਦੇ ਲਈ ਕਰੋੜ ਤੋਂ ਉੱਪਰ ਦੀ ਰਾਸ਼ੀ ਖਰਚ ਕੀਤੀ ਕਿ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਸਹਾਇਤਾ ਕਿਤੇ ਮਿਲੀ ਹੈ ਕਿਉਂਕਿ ਇਹ ਬੰਦਾ ਚੰਗਾ ਕੰਮ ਕਰ ਰਿਹਾ ਹੈ ਤੁਹਾਨੂੰ ਕਿਤੇ ਸ਼ਾਬਾਸ਼ੀ ਮਿਲੀ ਹੋਵੇ ਜਾਂ ਸਪੋਰਟ ਮਿਲੀ ਹੋਵੇ ਐਡਮਿਨਿਸਟ੍ਰੇਸ਼ਨ ਜੀ ਅਨਫੋਰਚਨਟਲੀ ਇਹ ਕਹਿਣਾ ਪੈਂਦਾ ਕਿ ਵੀ ਸਰਕਾਰ ਦੀ ਨੀਤੀਆਂ ਤਾਂ ਡਿਕਲੇਅਰਡ ਨੀਤੀਆਂ ਤਾਂ ਬਹੁਤ ਅੱਛੀਆਂ ਨੇ ਜੀ ਨੈਸ਼ਨਲ ਤੇ ਸਟੇਟ ਗਵਰਨਮੈਂਟ ਦੀਆਂ ਪਰ ਗਰਾਉਂਡ ਯਾਨੀ ਕਿ ਫਰੰਟ ਲਾਈਨ ਦੇ ਉੱਤੇ ਗਰਾਉਂਡ ਲੈਵਲ ਤੇ ਜਿਹੜਾ ਸਿਸਟਮ ਹੈ ਉਹ ਸਪੋਰਟਿਵ ਨਹੀਂ ਹੈਗਾ ਉਹ ਕੋਈ ਮਦਦ ਨਹੀਂ ਦਿੰਦਾ ਉਹ ਪ੍ਰੋਐਕਟਿਵ ਨਹੀਂਗਾ इवन ਮੇਰਾ ਤਾਂ ਇਨਾ ਵੀ ਐਕਸਪੀਰੀਅੰਸ ਹੈ ਵਿੱਚ ਡੀਸੀ ਨੂੰ ਰਿਕਵੈਸਟ ਕੀਤਿਆਂ ਵੀ ਡੀਸੀ ਸਾਡੇ ਵਿਜ਼ਿਟ ਕਰਨੀ ਆ ਸਕੇ ਠੀਕ ਮਤਲਬ ਅਨਫੋਰਚਨਟ ਮੈਂ ਕਹਾਂਗਾ ਕਿਉਂਕਿ ਉਹਨਾਂ ਦੀ ਡਿਊਟੀ ਹੈ ਇਹ ਜੀ ਤੇ ਜੇ ਡਿਊਟੀ ਐਬ੍ਰਿਗੇਟ ਹੀ ਹੈ ਕਿਸਮਤੀ ਮੈਂ ਮਤਲਬ ਕਿਸਨ ਕ੍ਰਿਟਿਸ ਕਰ ਸਾਈਜ਼ ਕਰਨਾ ਬੜਾ ਸ਼ੌਕ ਸ਼ੌਕਾ ਉਹਨਾਂ ਦੀ ਵੀ ਵਿਚਾਰਿਆਂ ਦੀ ਕੋਈ ਮੁਸ਼ਕਿਲਾਂ ਤਾਂ ਹੋਣਗੀਆਂ ਠੀਕ ਪਤਾ ਨਹੀਂ ਹੁਣ ਮੈਂ ਇਹ ਸਾਰੀ ਡੰਗਹਾਈਚ ਦਾ ਸਟੱਡੀ ਨਹੀਂ ਕੀਤਾ ਜੀ ਪਰ ਮੈਨੂੰ ਲੱਗਦਾ ਵੀ ਤੁਹਾਡੀ ਕਹਿਣ ਤੋਂ ਪੱਕੇ ਕੁਝ ਜੋ ਇੱਥੇ ਦੀ ਹਕੀਕਤ ਪ੍ਰਣਾਲੀ ਹੈ ਉਹਦੇ ਤੋਂ ਦਿਲ ਇੰਨਾ ਖੁਸ਼ ਨਹੀਂ ਹੁੰਦਾ ਕਿ ਜਿੰਨੀ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਜ਼ਿੰਮੇਵਾਰੀ ਤਾਂ ਅਖਰ ਉਹਨਾਂ ਦੀ ਹੈ ਨਾ ਜੀ ਅਸੀਂ ਕਰਦੇ ਹਾਂ ਕਿ ਸਾਡਾ ਤਾਂ ਕਰਜ਼ਾ ਅਸੀਂ ਇੱਕ ਕਿਸਮ ਦੀ ਹੁੰਦੀ ਹੈ ਬੰਦੇ ਨੂੰ ਵੀ ਮੇਰੇ ਤੇ ਕਰਜ਼ਾ ਆਇਆ ਹੈ ਇਹ ਮੁਲਕ ਦਾ ਕਿ ਮੈਂ ਪੈਦਾ ਇੱਥੇ ਹੋਇਆ ਸੀ 11 ਸਾਲ ਮੈਂ ਉਮਰ ਆਪਣੇ ਪਿੰਡ ਗੁਜ਼ਾਰੀ ਹੈ ਉੱਥੇ ਦੀ ਹਵਾ ਉੱਥੇ ਦੇ ਪਾਣੀ ਉੱਥੇ ਦਾ اناਜ ਖਾਦਾ ਤੇ ਉਹ ਕਰਜ਼ਾ ਮੇਰੇ ਅੰਦਰ ਹੈ ਜੀ ਤੇ ਦੇਣ ਦੀ ਕੋਸ਼ਿਸ਼ ਤੇ ਜਿਹੜੇ ਲੋਕ ਇੱਥੇ ਰਹਿੰਦੇ ਉਹਨਾਂ ਤੇ ਵੀ ਤਾਂ ਕਰਜ਼ਾ ਜਾਂ ਉਹਨਾਂ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਤੇ ਤੇ ਵਿਅਕਤੀਕ ਸਰ ਕੋਈ ਨਾ ਕੋਈ ਰਿਸਪਾਂਸਿਬਿਲਟੀ ਪੈਂਦੀ ਹੈ ਜੀ ਥਿੰਦ ਸਾਹਿਬ ਅਸੀਂ ਚਰਚਾ جاری ਰੱਖਾਂਗੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਮੇਰੇ ਨਾਲ ਫੇਸ ਟੂ ਫੇਸ ਪ੍ਰੋਗਰਾਮ ਦੇ ਵਿੱਚ ਨੇ ਸਰਦਾਰ ਗੁਰਮਿੰਦਰ ਸਿੰਘ ਥਿੰਦ ਜੋ ਕਿ ਐਨ ਆਰ ਆਈ ਨੇ ਤੇ ਆਪਣੀ ਕਮਾਈ ਦਾ ਬਹੁਤ ਸਾਰਾ ਹਿੱਸਾ ਆਪਣੇ ਪਿੰਡ ਬਿਸ਼ਨਗੜ ਦੇ ਵਿਕਾਸ ਤੇ ਲਾ ਰਹੇ ਨੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਸਨ ਮੁਖਾਜ਼ਰ ਹੋਣਗੇ